ਲਓ ਜੀ ਦੋਸਤੋ, ਅਸੀਂ ਖੜ੍ਹੇ ਹੈਗੇ ਹਾਂ ਲੇਕ ਸ਼ੋਰ ਟੋਰਾਂਟੋ ਦੇ ਵਿੱਚ। ਬਹੁਤ ਹੀ ਖੂਬਸੂਰਤ ਲੋਕੇਸ਼ਨ ਹੈਗੀ ਆ। ਨਵੰਬਰ ਦਾ ਐਂਡ ਆ ਬਿਲਕੁਲ, ਬਹੁਤ ਸੋਹਣਾ ਦਿਨ ਆ। ਪੱਤੇ ਜਿਹੜੇ ਹੈਗੇ ਨੇ ਆਲਮੋਸਟ ਝੜ ਚੁੱਕੇ ਨੇ, ਅਤੇ ਆਲੇ ਦੁਆਲੇ ਬੱਦਲ, ਠੰਡੀ ਹਵਾ ਅਤੇ ਮਿੱਠੀ ਮਿੱਠੀ ਧੁੱਪ ਹੈਗੀ ਆ। ਸੋ ਇਹ ਲੇਕ ਸ਼ੋਰ ਦਾ ਜਿਹੜਾ ਕੈਂਪਸ ਆ, ਹੰਬਰ ਕਾਲਜ ਦਾ ਕੈਂਪਸ ਆ, ਤੁਸੀਂ ਲੇਕ ਦੇਖ ਰਹੇ ਹੋ। ਲੇਕ ਦੇ ਨਾਲ ਹੀ ਵੱਡਾ ਦਰਿਆ ਹੈਗਾ, ਪਰਛਾਵੇਂ ਨੇ ਔਰ ਜਿਹੜੇ ਪੱਤੇ ਨੇ ਦਰੱਖਤਾਂ ਦੇ ਰੂਪ ਚੁੱਕ ਹੋ ਚੁੱਕੇ ਨੇ। ਇਹ ਕੈਂਪਸ ਦੇ ਬਾਹਰ ਬਾਹਰ ਇਹ ਦਰਿਆ ਹੈਗਾ। ਸੋ ਇਸ ਦਰਿਆ ਦੇ ਕੰਢੇ ਘੁੰਮਣ ਆਏ ਸੀ।